ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜੀ ਗੋਲਡ ਪਲੇਟਿੰਗ ਦੀ ਸੇਵਾ ਆ ਉਹ ਹਰ ਸਾਲ ਹੀ ਜਿਹੜੀ ਆ ਉਹਦੀ ਇਮਾਰਤ 'ਤੇ ਲੱਗਾ ਸੋਨਾ ਜਿਹੜਾ ਹੈ ਉਹਦਾ ਬਕਾਇਦਾ ਇੱਕ ਖਾਸ ਵਿਧੀ ਰਾਹੀਂ ਜਿਹੜੀ ਧੋਣ ਦੀ ਸੇਵਾ ਕੀਤੀ ਜਾਂਦੀ ਹੈ। ਉਹ ਇਸ ਵਾਰ ਵੀ ਔਰ ਪਿੱਛੇ ਦੀ ਤਰ੍ਹਾਂ ਬਰਮਿੰਘਮ ਵਾਲੇ ਭਾਈ ਮਹਿੰਦਰ ਸਿੰਘ ਦਾ ਜਥਾ ਜਿਹੜਾ ਹੈ ਉਹਨਾਂ ਦੇ ਸਿੰਘ ਆਣ ਕੇ ਇਹ ਸੇਵਾ ਜਿਹੜੀ ਕਰਦੇ ਨੇ। ਇਸ ਵਾਰ ਵੀ ਉਹਨਾਂ ਨੇ ਇਹ ਸੇਵਾ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦਿੱਤੀ ਗਈ ਆ ਔਰ 10 ਕੁ ਦਿਨ ਦਾ ਇਹ ਸਾਰਾ ਪ੍ਰੋਸੀਜਰ ਆ ਔਰ ਇਹ ਇੱਕ ਕੋਈ ਰਸਾਇਣਿਕ ਤੱਤ ਜਾਂ ਇਹੋ ਜਿਹਾ ਕੋਈ ਤੱਤ ਨਹੀਂ ਵਰਤਿਆ ਜਾਂਦਾ ਜਿਹਦੇ ਨਾਲ ਮਤਲਬ ਸੋਨੇ ਨੂੰ ਕੋਈ ਨੁਕਸਾਨ ਹੁੰਦਾ ਹੋਵੇ। ਰੀਠਿਆਂ ਦੇ ਪਾਣੀ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਔਰ ਜਿਹੜੀ ਉਹ ਇਮਾਰਤ 'ਤੇ ਕਬੂਤਰਾਂ ਦਾ ਜਾਂ ਕਿਸੇ ਹੋਰ ਕਿਸਮ ਦੀ ਕੋਈ ਪਿੱਠ ਜਾਂ ਕੋਈ ਗਰਦ ਜਿਹੜੀ ਆ ਉਹ ਪਈ ਹੁੰਦੀ ਆ ਉਹ ਸਾਫ਼ ਹੋ ਜਾਂਦੀ ਆ ਅਤੇ ਇਹਦੀ ਜਿਹੜੀ ਦੁਬਾਰਾ ਸੋਨ ਪੱਤਰਿਆਂ ਦੀ ਜਿਹੜੀ ਚਮਕ ਆ ਉਹ ਦੁਬਾਰਾ ਉਗੜ ਆਉਂਦੀ ਹੈ ਔਰ ਇੰਨੀ ਕੀ ਇਹ ਸੇਵਾ ਆ ਔਰ 5-7 ਦਿਨਾਂ 'ਚ ਮੁਕੰਮਲ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।